ਪੰਜਾਬ ਪੁਲਿਸ ਦੇ ਕਰਮਚਾਰੀ ਆਏ ਦਿਨ ਆਪਣੇ ਕਾਰਨਾਮੇ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰਦਾਸਪੁਰ 'ਚ ਲੱਗੇ ਕ੍ਰਾਫਟ ਮੇਲੇ 'ਚ ਇੱਕ ਪੁਲਿਸ ਕਰਮਚਾਰੀ ਆਪਣੀ ਵਰਦੀ ਦਾ ਰੋਬ ਦਿਖਾ ਕੇ ਗੋਲਗੱਪਿਆਂ ਦੀ ਰੇੜੀ ਤੋਂ ਗੋਲਗੱਪੇ ਖਾ ਰਿਹਾ ਸੀ ਅਤੇ ਗਰੀਬ ਰੇੜੀ ਵਾਲੇ ਅਤੇ ਆਮ ਜਨਤਾ ਨੂੰ ਗਾਲਾਂ ਕੱਢ ਰਿਹਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਵਾਲੇ ਦਾ ਵਿਰੋਧ ਕੀਤਾ। ਜਦੋਂ ਪੁਲਿਸ ਵਾਲਾ ਆਪਣੀ ਗੱਡੀ ਲੈ ਕੇ ਭੱਜਿਆ ਤਾਂ ਉਸ ਵੱਲੋਂ ਲੋਕਾਂ ਉੱਪਰ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਹੋਮਗਾਰਡ ਦੇ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਕੇ ਇਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਛ ਸਰ ਇਹਨਾਂ ਗੋਲਗੱਪੇ ਖਾਧੇ ਸੀ, ਮੈਂ ਸਰ ਗੋਲਗੱਪੇ ਖਾਧੇ ਅਤੇ ਪੈਸੇ ਦੇ ਦਿਉ ਜੀ। ਇਹਨਾਂ ਸਰ ਥੋੜ੍ਹੀ ਡੀਂਗ ਕੀਤੀ ਦੀ ਸੀ, ਇਹਨਾਂ ਨੇ ਡੀਂਗ ਦੇ ਵਿੱਚ ਕਹਿੰਦੇ ਕਿੰਨੇ ਜੀ, ਮੈਂ 20 ਰੁਪਏ ਹੋਏ। ਕਿੰਨੇ ਦਾਣੇ ਰੱਖੇ? ਮੈਂ 6 ਦਾਣੇ ਰੱਖੇ ਆ ਜੀ। ਠੀਕ ਹੈ ਜੀ, ਦੇਤਾ ਜੀ ਇੱਕ ਦਾਣਾ ਹੀ, ਵੱਧ ਰਾਤਾ ਲੈ ਜੀ ਭਾਅ, ਤੂੰ ਦਾਣਾ ਖਾ ਦੇ, ਤੂੰ ਜਾ ਪੇਸ ਖਾ ਕੇ ਤੂੰ ਜਾ। ਕਹਿੰਦਾ ਪਾਪੜੀ ਦੇ ਦਿਉ, ਮੈਂ ਲੋਈ ਪਾਪੜੀ ਜੀ। ਕੋਈ ਪਿੱਛੋਂ ਆਏ ਬੰਦੇ, ਉਹਨੇ ਇਹਦੀ ਵੀਡੀਓ ਬਣਾਈ, ਵੀਡੀਓ ਬਣਾਉਂਦੇ ਬਣਾਉਂਦੇ ਇਹਦੇ ਉੱਪਰ ਨੈੱਟ 'ਤੇ ਚਾੜਤੀ। ਹਾਂ ਨਾ ਕੋਈ ਲੈਣ ਦੇਣ ਨਹੀਂ, ਇਹਦਾ ਕੀ ਹਿਸਾਬ ਤਾ ਵਾ? ਕੁਛ ਨਹੀਂ ਹੈਗਾ। ਇਹਨੇ ਡਰਿੰਕ ਕੀਤੀ? ਹਾਂਜੀ, ਡਰਿੰਕ ਕੀਤੀ ਦੀ ਆ ਜੀ। ਕੋਈ ਗਾਲੀ ਗਲੋਚ ਵੀ ਕੀਤੀ? ਨਹੀਂ, ਗਾਲੀ ਗਲੋਚ ਕੋਈ ਨਹੀਂ, ਕੁਛ ਨਹੀਂ ਕੀਤਾ ਜੀ। ਹਾਂਜੀ, ਪੈਸੇ ਮੰਗੇ ਨੇ, ਥੋੜ੍ਹੀ ਦੇਰ ਬਾਅਦ ਦਿੱਤੇ ਪੈਸੇ। ਕੀ ਕਹਿੰਦਾ ਸੀਗਾ ਇਹ? ਕਹਿੰਦਾ ਹਾਂਜੀ ਕਿੰਨੇ ਹੋਏ? ਮੈਂ 20 ਰੁਪਏ ਹੋਏ। ਮੈਂ ਕੱਲ੍ਹ ਕਾਫੀ ਜਿੰਨਾ ਰੌਲਾ ਗੋਲਾ ਪਿਆ। ਹਾਂਜੀ, ਰੌਲਾ ਵਾਧੂ ਪਿਆ ਜੀ। ਇਹਨੇ ਗੱਡੀ ਬਹੁਤ ਤੇਜ਼ ਚਲਾਈ, ਸ਼ੂਗਰ ਬੰਦਾ ਨਹੀਂ ਕੋਈ ਆਇਆ ਥੱਲੇ। ਡਰਿੰਕ ਕੀਤੀ ਦੀ? ਹਾਂਜੀ, ਡਰਿੰਕ ਕੀਤੀ ਦੀ ਆ ਜੀ। ਫਿਰ ਉਹ ਅੱਗੇ ਵੀ ਆਉਂਦਾ ਤੁਹਾਡੇ? ਨਹੀਂ ਨਹੀਂ, ਪਹਿਲੀ ਵਾਰੀ ਆਇਆ ਬੰਦਾ, ਇਹਦਾ ਪਹਿਲੀ ਵਾਰੀ ਦੇਖਿਆ ਸੀ ਬੰਦਾ ਜੀ। ਕੀ ਹੋਣਾ ਚਾਹੀਦਾ, ਕੀ ਮੰਗ ਕਰਦੇ ਤੁਸੀਂ? ਸੋ ਮੰਗ ਕੁਛ ਨਹੀਂ, ਇੱਦਾਂ ਦਾ ਜੋ ਵੀ ਆ ਇੱਦਾਂ ਦਾ ਬੰਦਾ ਨਹੀਂ ਹੋਣਾ ਚਾਹੀਦਾ ਜੀ। ਆਹ ਵਰਦੀ ਵਿੱਚ ਆਇਆ, ਵਰਦੀ ਵਿੱਚ ਦੇਖੋ ਸ਼ਰਾਬ ਪੀਤੀ ਦੀ ਵਰਦੀ ਪਾਈ ਦੀ ਇਹਨੇ। ਵਰਦੀ ਤੋਂ ਬਿਨਾਂ ਇਹੀ ਕਹਿੰਦੇ ਠੀਕ ਹੈ, ਵਰਦੀ ਤੋਂ ਬਿਨਾਂ, ਵਰਦੀ ਤੋਂ ਬਿਨਾਂ ਸ਼ਰਾਬ ਪੀਤੀ ਦੀ। ਗੱਡੀ ਬਹੁਤ ਤੇਜ਼ ਲਈ, ਸ਼ੂਗਰ ਬੰਦਾ ਨਹੀਂ ਆਇਆ ਕੋਈ ਥੱਲੇ। ਇਹ ਕੀ ਕਹਿੰਦਾ ਤੁਹਾਨੂੰ? ਇਹ ਕਹਿੰਦਾ ਸਾਡੀ ਗੱਡੀ ਭੰਨੀ ਆਈ, ਗੱਡੀ ਦੇ ਪਹਿਲਾਂ ਗੱਡੀ ਚੈੱਕ ਕਰੋ, ਗੱਡੀ ਕਿੱਥੋਂ ਭੰਨੀ ਗਈ ਆ? ਤੁਸੀਂ ਵੀਡੀਓ ਦੇ ਦਿਓ, ਮੇਰੇ ਕੋਲ ਵੀ ਵੀਡੀਓ ਹੈਗੀ ਨਾ, ਵੀਡੀਓ ਗੱਡੀ ਕਿਹਨੇ ਨਹੀਂ ਭੰਨੀ, ਇਹ ਤੂੰ ਗੱਡੀ ਤੱਕ ਹੱਥ ਨਹੀਂ ਪਾਇਆ। ਤੰਗ ਹੁਣ ਤੰਗ ਕਰ ਰਿਹਾ ਤੁਹਾਨੂੰ? ਨਹੀਂ ਨਹੀਂ, ਕੋਈ ਤੰਗ ਨਹੀਂ ਕਰਦਾ। ਉਹ ਐਸਐਸ ਸਾਹਿਬ ਕਹਿੰਦੇ ਠਹਿਰ ਜਾਓ, ਕਹਿੰਦੇ ਡੀਪਸੀ ਸਾਹਿਬ ਆਉਂਦੇ ਆ, ਫਿਰ ਉਹਨਾਂ ਨਾਲ ਗੱਲ ਕਰਨੀ ਹੈ। ਤੇ ਪੈਸੇ ਦੇ ਗਿਆ? ਹਾਂਜੀ ਹਾਂਜੀ, ਪੈਸੇ ਦੇ ਗਿਆ ਜੀ। ਇਹ ਸਾਰਾ ਮਤਲਬ 20 ਰੁਪਏ ਲੈਣ ਤੋਂ? ਹਾਂਜੀ, 20 ਰੁਪਏ ਲੈਣ ਤੋਂ ਹੈ। ਇਹ ਜੀ ਸਾਡੇ ਕੋਲ ਵੀ ਪਹੁੰਚੀ ਹੈ ਵੀਡੀਓ। ਇਹਦੇ ਸੰਬੰਧੀ ਜਿਹੜਾ ਮੁਲਾਜ਼ਮ ਹੈ ਉਹ ਹੋਮਗਾਰਡ ਦਾ ਜਵਾਨ ਹੈ ਜੀ, ਅਤੇ ਇਹ ਤੋਂ ਵੈਰੀਫਾਈ ਜੋ ਹਾਲ ਤੱਕ ਹੋਇਆ ਤੱਤ ਸਾਹਮਣੇ ਆਏ ਨੇ ਵੀ ਆਪਣੀ ਸ਼ਿਫਟ ਖਤਮ ਕਰਕੇ ਘਰ ਜਾਂਦੇ ਵਕਤ ਦੀ ਇਹ ਵੀਡੀਓ ਹੈ। ਇੱਥੇ ਸਾਡੇ ਜੀ ਹਰਦੋਸ਼ਨੀ ਮੇਲਾ ਲੱਗਾ ਹੋਇਆ ਕ੍ਰਾਫਟ ਬਾਜ਼ਾਰ, ਉਹਦੇ ਬਾਹਰ ਗੋਲਗੱਪੇ ਵਾਲੀ ਰੇੜੀ 'ਤੇ ਘਟਨਾ ਵਾਪਰੀ। ਠੀਕ ਹੈ, ਅਤੇ ਜਿਹੜੀ ਰਹੀ ਗੱਲ ਪੈਸਿਆਂ ਦੀ, ਉਹਦੇ 'ਚ ਪੈਸੇ ਉਹਨੇ ਦਿੱਤੇ ਨੇ, ਉਹ ਵੀਡੀਓ 'ਚ ਵੀ ਤੁਸੀਂ ਸੁਣ ਸਕਦੇ ਹੋ ਵੀ ਉਹ ਕਹਿ ਰਿਹਾ ਵੀ ਮੈਂ ਪੈਸੇ ਤੇ ਉਹਨੂੰ ਦਿੱਤੇ ਨੇ। ਹਾਂ, ਉਹਨੇ ਵਰਦੀ ਪਾਈ ਹੋਈ ਸੀ, ਉਹਨੂੰ ਪਬਲਿਕ ਨਾਲ ਵਧੀਆ ਵਤੀਰਾ ਅਪਣਾਉਣਾ ਚਾਹੀਦਾ ਸੀ ਗੱਲਬਾਤ ਕਰਨ ਦਾ। ਆਪਣੀ ਗਲ ਪਾਵਰ ਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਉਹਨੂੰ ਵਰਦੀ ਮੁਲਾਜ਼ਮ ਸੀ ਉਹ, ਅਤੇ ਇਸ ਲਈ ਜਿਹੜੀ ਉਹਦੇ ਖਿਲਾਫ ਬਣਦੀ ਕਾਰਵਾਈ ਉਹ ਬਾਲਾਧਰ ਅਫਸਰਾਂ ਨੂੰ ਲਿਖ ਕੇ ਭੇਜ ਚੁੱਕੇ ਹਾਂ ਵੀ ਇਹਨੇ ਵਰਦੀ ਦਾ ਗਲਤ ਇਸਤੇਮਾਲ ਕੀਤਾ। ਅਤੇ ਇਹਦੇ ਖਿਲਾਫ ਵੀ ਡਰਿੰਕ ਕੀਤੀ ਹੋਈ ਕੋਈ ਇਦਾਂ ਦਾ ਕੋਈ ਹੈ ਕੋਈ? ਇਹ ਵੀ ਵੈਰੀਫਾਈ ਕਰ ਰਹੇ ਹਾਂ। ਪੈਸੇ ਤਾਂ ਤੁਸੀਂ ਵੀਡੀਓ 'ਚ ਵੀ ਸੁਣ ਸਕਦੇ ਹੋ, ਉਹ ਕਹਿ ਰਿਹਾ ਮੈਂ ਤੈਨੂੰ 20 ਰੁਪਏ ਨਹੀਂ ਦਿੱਤੇ। ਉਹ ਜਿਹੜਾ ਰੇਹੜੀ ਵਾਲਾ ਉਹ ਵੀ ਗੱਲ ਮੰਨ ਰਿਹਾ ਮੈਨੂੰ 20 ਰੁਪਏ ਦਿੱਤੇ ਨੇ। ਅਤੇ ਗਾਲੀ ਗਲੋਚ ਜਿਹੜਾ ਉਹ ਵੀ ਕਾਫੀ ਜਿਹੜਾ ਗਾਲੀ ਗਲੋਚ ਤੁਸੀਂ ਵੀਡੀਓ ਸੁਣੋਗੇ, ਉਹਨੂੰ ਪਬਲਿਕ ਨੇ ਉਹਦੇ ਨਾਲ ਕੀਤਾ, ਉਹਨੇ ਕਿਸੇ ਨਾਲ ਨਹੀਂ ਕੀਤਾ। ਫਰਦਰ ਕਾਰਵਾਈ ਜੀ, ਪਹਿਲਾਂ ਤਾਂ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਸਾਡੇ ਮੁਲਾਜ਼ਮ ਦਾ ਕਿੰਨਾ ਕਸੂਰ ਆ। ਠੀਕ ਹੈ ਜੀ, ਜਿਸ ਹਿਸਾਬ ਜਿਹੜਾ ਉਹਦਾ ਕਸੂਰ ਹੋਊਗਾ ਉਹਦੇ ਖਿਲਾਫ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਅਸੀਂ ਲਿਖ ਕੇ ਭੇਜਤਾ ਆਲਰੇਡੀ, ਉਹਨੂੰ ਲਾਈਨ ਹਾਜ਼ਰ ਕਰਤਾ ਵਾ। ਠੀਕ ਹੈ ਜੀ, ਇਸ ਨੂੰ ਲੈ ਕੇ ਕੋਈ ਕੰਪਲੇਂਟ ਕਰਤਾ ਵੀ ਆਇਆ ਕੋਈ ਜਾਂ ਤੁਹਾਨੂੰ ਕੰਪਲੇਂਟ ਵੀ ਕਿਸੇ ਨੇ ਦਿੱਤੀ ਹੋਈ? ਹਾਂਜੀ, ਰਾਤ ਕੰਪਲੇਂਟ ਆਈ ਸੀ, ਅਤੇ ਉਹੀ ਕੰਪਲੇਂਟ ਸੀ ਵੀ ਇਹਨੇ ਸਾਡੇ ਨਾਲ ਮਿਸਬਿਹੇਵ ਕੀਤਾ। ਇਹ ਗੋਲਗੱਪੇ ਆਉਣ ਵਾਲੇ ਪਾਸੇ? ਹਾਂਜੀ, ਗੋਲਗੱਪੇ।